ਪੰਜਾਬੀ ਏਕਤ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀਆਂ ਵੱਡੀਆਂ ਖਬਰਾਂ। ਭਗਵੰਤ ਮਾਨ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਦਿੱਤਾ ਵੱਡਾ ਤੋਹਫਾ, ਨੋਟੀਫਿਕੇਸ਼ਨ ਕੀਤਾ ਜਾਰੀ। ਹੁਣ ਨਹੀਂ ਹੋਵੇਗੀ ਮਨਪ੍ਰੀਤ ਬਾਦਲ ਦੀ ਗ੍ਰਿਫਤਾਰੀ, ਹਾਈ ਕੋਰਟ ਤੋਂ ਮਿਲੀ ਅੰਤਰਿਮ ਜ਼ਮਾਨਤ। ਸੁਖਪਾਲ ਸਿੰਘ ਖਹਿਰਾ ਦੀ ਜ਼ਮਾਨਤ ਬਾਰੇ ਅਦਾਲਤ ਨੇ ਸੁਣਾਇਆ ਵੱਡਾ ਫੈਸਲਾ, ਪੰਜਾਬ ਸਰਕਾਰ ਨੂੰ ਨੋਟਿਸ ਕੀਤਾ ਜਾਰੀ। ਪੰਜਾਬ ਦੇ ਕਈ ਇਲਾਕਿਆਂ ਵਿੱਚ ਤੜਕਸਾਰ ਪਿਆ ਭਾਰੀ ਮੀਂਹ, ਮੌਸਮ ਵਿਭਾਗ ਵੱਲੋਂ ਅਲਰਟ ਹੋਇਆ ਜਾਰੀ। ਸ਼ਹੀਦ ਅਮਰਪਾਲ ਸਿੰਘ ਦੇ ਘਰ ਪਹੁੰਚੇ ਸੀਐਮ ਮਾਨ, ਪਰਿਵਾਰ ਦੇ ਨਾਲ ਦੁੱਖ ਕੀਤਾ ਸਾਂਝਾ। ਪਰਿਵਾਰ ਨੂੰ 1 ਕਰੋੜ ਰੁਪਏ ਦਾ ਸਨਮਾਨ ਰਾਸ਼ੀ ਵਜੋਂ ਦਿੱਤਾ ਚੈੱਕ। ਅੱਜ ਮੁੱਖ ਮੰਤਰੀ ਭਗਵੰਤ ਮਾਨ ਦਾ ਹੈ ਜਨਮ ਦਿਨ। ਆਪ ਵਰਕਰਾਂ ਵੱਲੋਂ ਹਰ ਜ਼ਿਲ੍ਹੇ ਵਿੱਚ ਲਗਾਏ ਜਾਣਗੇ ਖੂਨਦਾਨ ਕੈਂਪ। ਮੁੱਖ ਮੰਤਰੀ ਭਗਵੰਤ ਮਾਨ ਨਾਲ ਖੁੱਲੀ ਬਹਿਸ ਦੇ ਮੁੱਦੇ ਤੇ ਸੁਨੀਲ ਜਾਖੜ ਦਾ ਨਵਾਂ ਬਿਆਨ, ਫਿਰ ਕਈਆਂ ਵੱਡੀਆਂ ਗੱਲਾਂ। ਪੰਜਾਬ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਇਹਨਾਂ ਮੁਲਾਜ਼ਮਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਪੰਜਾਬ ਸਰਕਾਰ ਦੇ ਕਿਰਤ ਵਿਭਾਗ ਵੱਲੋਂ 1 ਸਰਕੂਲਰ ਜਾਰੀ ਕਰਕੇ ਕਾਰਖਾਨਿਆਂ, ਦਫ਼ਤਰਾਂ, ਕਾਰਪੋਰੇਸ਼ਨਾਂ 'ਚ ਨੌਕਰੀ ਕਰਨ ਵਾਲਿਆਂ ਲਈ ਘੱਟੋ ਘੱਟ ਮਜ਼ਦੂਰੀ ਦੀਆਂ ਦਰਾਂ ਵਧਾ ਦਿੱਤੀਆਂ ਹਨ। 13 ਅਕਤੂਬਰ ਨੂੰ ਜਾਰੀ ਹੋਏ ਨੋਟੀਫਿਕੇਸ਼ਨ 1 ਸਤੰਬਰ 2023 ਤੋਂ ਲਾਗੂ ਕੀਤਾ ਗਿਆ ਹੈ। ਨੋਟੀਫਿਕੇਸ਼ਨ ਅਨੁਸਾਰ ਹੁਣ ਸੂਬੇ ਵਿੱਚ 84 ਚੌਕੀਦਾਰ ਹੈਲਪਰ ਆਦਿ ਨੂੰ 10,736 ਰੁਪਏ ਮਾਸਿਕ ਅਤੇ 412 ਰੁਪਏ ਰੋਜ਼ਾਨਾ ਦਿੱਤੇ ਜਾਣਗੇ, ਅਤੇ ਇਸ ਦੇ ਨਾਲ ਹੀ ਸੈਮੀ ਸਕਿਲਡ ਨੂੰ 11,516.75 ਰੁਪਏ ਮਾਸਿਕ, 442.95 ਰੁਪਏ ਰੋਜ਼ਾਨਾ ਮਿਲਣਗੇ। ਸਕਿਲਡ ਨੂੰ 12,413.75 ਰੁਪਏ ਮਾਸਿਕ ਅਤੇ 477.45 ਰੁਪਏ ਰੋਜ਼ਾਨਾ ਮਿਲਿਆ ਕਰਨਗੇ। ਹਾਈ ਸਕਿਲਡ ਨੂੰ 13,445 ਰੁਪਏ ਮਾਸਿਕ ਅਤੇ 517.14 ਰੁਪਏ ਰੋਜ਼ਾਨਾ ਦਿੱਤੇ ਜਾਣਗੇ। ਸਟਾਫ ਕੈਟਾਗਰੀ ਨੂੰ ਹੁਣ 15,906.75 ਰੁਪਏ ਮਾਸਿਕ ਅਤੇ ਸਟਾਫ ਕੈਟਾਗਰੀ ਬੀ ਨੂੰ 14,236.75 ਰੁਪਏ ਮਾਸਿਕ, ਸਟਾਫ ਕੈਟਾਗਰੀ ਸੀ ਨੂੰ 12,736.75 ਰੁਪਏ ਅਤੇ ਸਟਾਫ ਕੈਟਾਗਰੀ ਡੀ ਨੂੰ 11,536.75 ਰੁਪਏ ਮਾਸਿਕ ਤੈਅ ਕੀਤੇ ਗਏ ਹਨ। ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਲਈ ਰਾਹਤ ਭਰੀ ਖਬਰ ਹੈ। ਮਨਪ੍ਰੀਤ ਬਾਦਲ ਨੂੰ ਹਾਈਕੋਰਟ ਵੱਲੋਂ ਅਗਾਊ ਜ਼ਮਾਨਤ ਦੇ ਦਿੱਤੀ ਗਈ ਹੈ। ਪਿਛਲੇ ਕਈ ਦਿਨਾਂ ਤੋਂ ਮਨਪ੍ਰੀਤ ਸਿੰਘ ਬਾਦਲ ਦੀ ਗ੍ਰਿਫਤਾਰੀ ਲਈ ਵਿਜੀਲੈਂਸ ਤੇ ਪੰਜਾਬ ਪੁਲਿਸ ਵੱਲੋਂ ਵੱਖ ਵੱਖ ਥਾਵਾਂ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਸੀ। ਪਿਛਲੇ ਹਫ਼ਤੇ ਹੀ ਬਠਿੰਡਾ ਦੀ ਹੇਠਲੀ ਅਦਾਲਤ ਨੇ ਮਨਪ੍ਰੀਤ ਬਾਦਲ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ, ਜਿਸ ਤੋਂ ਬਾਅਦ ਮਨਪ੍ਰੀਤ ਬਾਦਲ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਜ਼ਮਾਨਤ ਦੀ ਮੰਗ ਕੀਤੀ ਸੀ, ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਹੈ। ਇਸ ਦੌਰਾਨ ਮਨਪ੍ਰੀਤ ਬਾਦਲ ਨੂੰ ਜਾਂਚ ਵਿੱਚ ਸ਼ਾਮਿਲ ਹੋਣ ਦੇ ਆਦੇਸ਼ ਦਿੱਤੇ ਗਏ ਹਨ। ਹਾਈਕੋਰਟ ਤੋਂ ਮਿਲੀ ਜ਼ਮਾਨਤ ਤੋਂ ਬਾਅਦ ਇਹ ਸਾਫ਼ ਹੋ ਗਿਆ ਹੈ ਕਿ ਹੁਣ ਮਨਪ੍ਰੀਤ ਬਾਦਲ ਉੱਤੇ ਲਟਕਦੀ ਗ੍ਰਿਫਤਾਰੀ ਦੀ ਤਲਵਾਰ ਹਟ ਗਈ ਹੈ। ਇਸ ਮੌਕੇ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਵੀ ਜਵਾਬ ਤਲਬ ਕੀਤਾ ਹੈ। ਜ਼ਿਕਰ ਕਰਦੇ ਕਿ ਇਹੋ ਜਿਹੀਆਂ ਜ਼ਮਾਨਤਾਂ ਵਿੱਚ ਕੁਝ ਸ਼ਰਤਾਂ ਲਾਈਆਂ ਜਾਂਦੀਆਂ ਹਨ, ਜਿਵੇਂ ਕਿ ਪਾਸਪੋਰਟ ਜਮ੍ਹਾਂ ਕਰਾਉਣਾ, ਜਾਂਚ ਵਿੱਚ ਸ਼ਾਮਿਲ ਹੋਣਾ ਆਦਿ। ਇਸ ਮਾਮਲੇ ਵਿੱਚ ਕੀ ਸ਼ਰਤਾਂ ਰੱਖੀਆਂ ਗਈਆਂ ਹਨ, ਉਹ ਹਾਈਕੋਰਟ ਵੱਲੋਂ ਲਿਖਤੀ ਆਦੇਸ਼ ਸਾਹਮਣੇ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਪੰਜਾਬ ਦੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਜ਼ਮਾਨਤ ਪਟੀਸ਼ਨ ਦਾਖਲ ਕੀਤੀ ਗਈ ਹੈ। ਖਹਿਰਾ ਦੀ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ। ਸੁਖਪਾਲ ਸਿੰਘ ਖਹਿਰਾ ਨੂੰ NDPS ਦੇ ਇੱਕ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਹ ਪੁਲਿਸ ਰਿਮਾਂਡ ਤੇ ਚੱਲ ਰਹੇ ਹਨ। ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਉਹਨਾਂ ਤੇ ਦਰਜ ਕੀਤਾ ਗਿਆ ਮੁਕੱਦਮਾ ਸਿਆਸਤ ਤੋਂ ਪ੍ਰੇਰਿਤ ਹੈ, ਕਿਉਂਕਿ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਪਹਿਲਾਂ ਹੀ ਰੋਕ ਲਾ ਚੁੱਕੀ ਹੈ। ਦੱਸਣ ਨੂੰ ਹੈ ਕਿ ਸੁਖਪਾਲ ਸਿੰਘ ਖਹਿਰਾ ਵੱਲੋਂ ਹਾਈਕੋਰਟ 'ਚ ਪਟੀਸ਼ਨ ਦਾਖਲ ਕਰਕੇ ਉਹਨਾਂ ਤੇ ਹੋਈ ਕਾਰਵਾਈ ਤੇ ਗ੍ਰਿਫਤਾਰੀ ਨੂੰ ਚੁਣੌਤੀ ਦਿੱਤੀ ਗਈ ਹੈ। ਉੱਤਰੀ ਭਾਰਤ ਵਿੱਚ ਮੌਸਮ ਦਾ ਮਿਜਾਜ ਇਕਦਮ ਬਦਲ ਗਿਆ ਹੈ। ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਅੱਜ ਸਵੇਰੇ ਵੀ ਮੀਂਹ ਪਿਆ ਹੈ। ਇਹ ਸਿਲਸਿਲਾ ਅਗਲੇ 24 ਘੰਟਿਆਂ ਤੱਕ ਜਾਰੀ ਰਹੇਗਾ। ਇਸ ਨਾਲ ਠੰਡ ਵਧਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕਰਦੇ ਹੋਏ ਕਿਹਾ ਕਿ ਉੱਤਰ ਪੱਛਮੀ ਭਾਰਤ ਦੇ ਕਈ ਰਾਜਾਂ ਵਿੱਚ 17 ਅਕਤੂਬਰ ਯਾਨੀ ਅੱਜ ਮੀਂਹ ਪੈ ਸਕਦਾ ਹੈ। ਪੰਜਾਬ ਵਿੱਚ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਆਉਣ ਵਾਲੇ 72 ਘੰਟਿਆਂ ਵਿੱਚ ਵੱਖ ਵੱਖ ਜ਼ਿਲ੍ਹਿਆਂ ਵਿੱਚ ਮੀਂਹ ਜਾਰੀ ਰਹੇਗਾ। ਇੰਨਾ ਹੀ ਨਹੀਂ, ਕਈ ਸੂਬਿਆਂ ਵਿੱਚ ਗੜੇਮਾਰੀ ਵੀ ਦਰਜ ਕੀਤੀ ਗਈ ਹੈ। ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਬੀਤੀ ਰਾਤ ਪਏ ਮੀਂਹ ਕਾਰਨ ਔਸਤ ਤਾਪਮਾਨ ਵਿੱਚ 1.9 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮਾਨਸਾ ਦੇ ਪਿੰਡ ਕੋਟਲੀ ਕਲਾਂ ਦੇ ਸ਼ਹੀਦ ਅਗਨੀਵੀਰ ਅਮ੍ਰਿਤਪਾਲ ਸਿੰਘ ਦੇ ਘਰ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਨੇ ਸ਼ਹੀਦ ਅਮ੍ਰਿਤਪਾਲ ਸਿੰਘ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਅਤੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਸਨਮਾਨ ਰਾਸ਼ੀ ਵਜੋਂ ਚੈੱਕ ਦਿੱਤਾ ਗਿਆ। ਇਸ ਦੇ ਨਾਲ ਹੀ ਭਗਵੰਤ ਮਾਨ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦੀ ਯਾਦ ਵਿੱਚ ਖੇਡ ਸਟੇਡੀਅਮ ਅਤੇ ਬੁੱਤ ਲਾਇਆ ਜਾਵੇਗਾ ਅਤੇ ਪਰਿਵਾਰ ਨੂੰ 1 ਯੋਗ ਨੌਕਰੀ ਦਿੱਤੀ ਜਾਵੇਗੀ। ਉਹਨਾਂ ਨੇ ਭਾਰਤੀ ਫੌਜ ਵੱਲੋਂ ਸਲਾਮੀ ਨਾ ਦਿੱਤੇ ਜਾਣ ਤੇ ਕਿਹਾ ਕਿ ਸਾਡੇ ਸ਼ਹੀਦ ਅੰਮ੍ਰਿਤਪਾਲ ਸਿੰਘ ਦੇ ਲਈ 4 ਸਲਿਊਟ ਵੀ ਨਹੀਂ ਦਿੱਤੇ ਗਏ ਅਤੇ ਉਹਨਾਂ ਦੀ ਮ੍ਰਿਤਕ ਦੇਹ ਨੂੰ 1 ਪ੍ਰਾਈਵੇਟ ਐਂਬੂਲੈਂਸ ਦੇ ਵਿੱਚ ਹਸਪਤਾਲ ਛੱਡ ਕੇ ਚਲੇ ਗਏ। ਮੁੱਖ ਮੰਤਰੀ ਭਗਵੰਤ ਮਾਨ ਦਾ ਅੱਜ ਯਾਨੀ 17 ਅਕਤੂਬਰ ਨੂੰ ਜਨਮ ਦਿਨ ਹੈ। ਇਸ ਮੌਕੇ ਅੱਜ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਖੂਨਦਾਨ ਕੈਂਪ ਲਾਏ ਜਾ ਰਹੇ ਹਨ। ਇਹ ਖੂਨਦਾਨ ਕੈਂਪ ਜਲੰਧਰ ਦੇ ਵਿਰਸਾ ਵਿਹਾਰ ਨਾਮ ਦੇ ਚੌਕ ਵਿੱਚ ਆਪ
ਆਗੂ ਦੀਪਕ ਬਾਲੀ ਅਤੇ ਲਾਈਫ ਹੈਲਪਰਸ ਵੱਲੋਂ ਲਾਇਆ ਜਾ ਰਿਹਾ ਹੈ। ਇਸ ਵਿੱਚ ਗੁਰਮੀਤ ਸਿੰਘ ਸਕੱਤਰ ਸੰਗਤ ਰਾਮ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਨੇ ਦੱਸਿਆ ਕਿ ਆਪ ਪੰਜਾਬ ਇਕਾਈ ਨੇ 17 ਅਕਤੂਬਰ ਨੂੰ ਮੁੱਖ ਮੰਤਰੀ ਦੇ ਜਨਮ ਦਿਨ ਨੂੰ ਮਨਾਉਣ ਲਈ ਖੂਨਦਾਨ ਕੈਂਪ ਲਗਾਉਣ ਦਾ ਫੈਸਲਾ ਕੀਤਾ ਹੈ। ਉਹਨਾਂ ਨੇ ਆਪ ਵਲੰਟੀਅਰ ਅਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਖੂਨਦਾਨ ਮਨੁੱਖਤਾ ਦੀ ਮਹਾਨ ਸੇਵਾ ਹੈ ਅਤੇ ਸਾਰੇ ਤੰਦਰੁਸਤ ਲੋਕਾਂ ਨੂੰ ਸਮੇਂ-ਸਮੇਂ ਤੇ ਖੂਨਦਾਨ ਕਰਨਾ ਚਾਹੀਦਾ ਹੈ। ਪੰਜਾਬ ਦੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ 1 ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਗਏ ਬਹਿਸ ਦੇ ਸੱਦੇ ਨੂੰ ਲੈ ਕੇ ਮੁੜ ਟਵੀਟ ਕੀਤਾ ਹੈ ਅਤੇ ਸਵਾਲ ਚੁੱਕੇ ਹਨ। ਜਾਖੜ ਨੇ ਆਖਿਆ ਕਿ ਪੰਜਾਬ ਮੰਗਦਾ ਜਵਾਬ, ਮਾਨ ਸਾਹਿਬ ਸੱਦਾ ਦੇ ਕੇ ਹੁਣ ਭੱਜਦੇ ਕਿਉਂ ਹੋ? ਜੇ ਨਹੀਂ ਭੱਜਦੇ ਤਾਂ ਬਹਿਸ ਦਾ ਸੰਚਾਲਨ ਨਿਗਰਾਨੀ ਕਰਨ ਲਈ ਇਹਨਾਂ ਨਾਵਾਂ ਡਾਕਟਰ ਧਰਮਵੀਰ ਗਾਂਧੀ, HS ਫੁਲਕਾ, ਕੰਵਰ ਸੰਧੂ ਤੇ ਇਤਰਾਜ਼ ਕਿਉਂ? ਜੇ ਇਤਰਾਜ਼ ਨਹੀਂ ਤਾਂ ਭਰੋ ਹਾਮੀ। ਜਾਖੜ ਨੇ ਇਹ ਵੀ ਕਿਹਾ ਕਿ ਜੇਕਰ ਪੰਜਾਬ ਸਰਕਾਰ ਸਹਿਮਤੀ ਦਿੰਦੀ ਹੈ ਤਾਂ ਇਹਨਾਂ ਅੱਗੋਂ ਨੂੰ ਲੈ ਕੇ ਆਉਣ ਦੀ ਜ਼ਿੰਮੇਵਾਰੀ ਮੇਰੀ ਰਹੇਗੀ। ਕਈ ਜਗ੍ਹਾ 'ਤੇ ਸ਼ਿਕਾਇਤਾਂ ਆਉਂਦੀਆਂ ਕਿ ਬਿਨਾਂ ਟੈਕਸ ਤੋਂ ਜਿਹੜੀਆਂ ਦੂਜੀਆਂ ਸਟੇਟਾਂ ਨੂੰ ਚੱਲਦੀਆਂ, UP ਨੂੰ, ਬਿਹਾਰ ਨੂੰ ਜਾਂ ਜੰਮੂ ਕਸ਼ਮੀਰ ਨੂੰ ਬੱਸਾਂ ਚੱਲਦੀਆਂ, ਅਤੇ ਅੱਜ ਜਿਹੜੀਆਂ ਬੱਸਾਂ ਦੇ ਜਾਂ ਟੈਕਸ ਨਹੀਂ ਸਨ ਭਰੇ ਜਾਂ ਹੋਰ ਵੀ ਕੋਈ ਵਾਇਲੇਸ਼ਨ ਕੀਤੀ, ਜਿਵੇਂ ਇਹ ਜਿਹੜੀਆਂ ਚੱਲਦੀਆਂ ਦੂਜੀਆਂ ਸਟੇਟਾਂ ਨੂੰ ਸੀਟਾਂ ਇਹਨਾਂ ਨੇ ਬੁੱਕ ਜ਼ਰੂਰ ਕੀਤੀਆਂ, ਪਰ ਇਹਦੀ ਜਾਣਕਾਰੀ ਨਾ ਤਾਂ ਸਾਡੇ RTA ਦਫ਼ਤਰ ਦਿੱਤੀ ਆ। ਇਹ ਲਿਸਟ ਇਹਨਾਂ ਨੂੰ ਪਹਿਲਾਂ ਜਾਰੀ ਕਰਨੀ ਪੈਂਦੀ ਹੈ ਅਤੇ RTA ਦਫ਼ਤਰ ਨੂੰ ਜਾਣਕਾਰੀ ਦੇਣੀ ਪੈਂਦੀ ਆ। ਜਿਹਨੇ ਵੀ ਮਤਲਬ ਗਲਤ ਤਰੀਕੇ ਨਾਲ ਸਵਾਰੀਆਂ ਚੜ੍ਹਾਈਆਂ, ਜਿਵੇਂ ਹੁਣ ਓਵਰਲੋਡਡ ਬੱਸਾਂ ਇੱਥੋਂ ਚਲਾਈ ਜਾਂਦੇ ਆ, ਸਵਾਰੀਆਂ 50, 55 ਜਾਂ 60 ਪਾਸ ਹੁੰਦੀ ਆ, ਕਈ ਬੱਸਾਂ ਦੇ ਵਿੱਚ 100-100 ਸਵਾਰੀ ਚੜ੍ਹਾਈ ਆ, ਉਹਨਾਂ ਬੱਸਾਂ ਦੇ ਵੀ ਚਲਾਨ ਕੀਤੇ ਓਵਰਲੋਡਡ ਬੱਸਾਂ ਦੇ ਵੀ, ਅਤੇ ਅਗਾਂਹ ਆਉਣ ਵਾਲੇ ਦਿਨਾਂ ਦੇ ਵਿੱਚ ਵੀ RTA ਸਾਡੇ GM ਸਾਹਿਬ ਇਹਨਾਂ ਨੂੰ ਹਦਾਇਤ ਆ ਕਿ ਚੈਕਿੰਗ ਕਰਦੇ ਰਹਿਣ ਤਾਂ ਜੋ ਲੋਕਾਂ ਦੀ ਜਿਹੜੇ ਜਾਨ ਮਾਲ ਹੈ ਉਹ ਸੁਰੱਖਿਅਤ ਰਹੇ। ਦੇਖੋ ਜੇ 100 ਸਵਾਰੀ ਚੜੂਗੀ ਇੱਕ, ਉਸ ਵਾਸਤੇ ਜਿਹੜੀ 50-55 ਸੀਟ ਪਾਸ ਆ, ਅਤੇ ਡਬਲ ਜੇ ਵੇਟ ਆ ਤਾਂ ਉਹਦੇ 'ਤੇ ਕੰਟਰੋਲ ਵੀ ਘੱਟ ਹੋਣਾ, ਬ੍ਰੇਕ ਵੀ ਘੱਟ ਲੱਗਣੀ ਆ, ਜੇ ਬਾਈ ਚਾਂਸ ਕਿਤੇ ਟਾਇਰ ਪੰਚਰ ਹੋ ਗਿਆ ਜਾਂ ਟਾਇਰ 'ਚ ਹਵਾ ਘੱਟ ਆ ਤਾਂ ਬੜਾ ਵੱਡਾ ਨੁਕਸਾਨ ਹੋ ਸਕਦਾ। ਇਸ ਕਰਕੇ ਲੋਕਾਂ ਦੇ ਜਾਨ ਮਾਲ ਨੂੰ ਵੇਖਦੇ ਹੋਏ ਅਸੀਂ ਹਰ ਤਰ੍ਹਾਂ ਦੀ ਮੁਸਤੈਦੀ ਵਰਤ ਰਹੇ ਹਾਂ, ਅਤੇ ਜੇ ਕੋਈ ਗਲਤ ਤਰੀਕੇ ਨਾਲ ਆਪਦੀਆਂ ਬੱਸਾਂ ਚਲਾਵੇਗਾ ਉੱਥੇ ਸਖ਼ਤ ਤੋਂ ਸਖ਼ਤ ਕਾਰਵਾਈ। ਜਿਹੜੇ ਲੋਕਾਂ ਨੇ ਟੈਕਸ ਪੇ ਨਹੀਂ ਕੀਤੇ ਉਹਨਾਂ ਨੂੰ ਮੌਕੇ 'ਤੇ 54,000 ਰੁਪਏ ਦਾ ਜੁਰਮਾਨਾ ਕੀਤਾ, ਜਿਨ੍ਹਾਂ ਨੇ ਵੱਧ ਸਵਾਰੀਆਂ ਪਾਈਆਂ ਉਹਨਾਂ ਨੂੰ ਵੀ ਜੁਰਮਾਨੇ ਕੀਤੇ, ਅਤੇ ਆਉਣ ਵਾਲੇ ਦਿਨਾਂ 'ਚ ਵੀ ਹਰ ਬੱਸ ਸਟੈਂਡ ਤੋਂ ਹਰ ਡਿਪੂ ਤੋਂ ਚੈਕਿੰਗ ਕਰਾਂਗੇ ਤਾਂ ਜੋ ਜਿਹੜੀਆਂ ਗਲਤ ਢੰਗ ਨਾਲ ਬੱਸਾਂ ਚੱਲਦੀਆਂ ਉਹ ਆਪਦੇ ਟੈਕਸ ਤਾਰ ਕੇ ਸਾਰਾ ਕੁਝ ਪ੍ਰੋਪਰ ਸਹੀ ਕਰਕੇ ਫਿਰ ਬੱਸਾਂ ਚੱਲ। ਚੈਕਿੰਗ ਵੇਖੋ ਸਾਡੇ RTA GM ਜਿਹੜੇ ਉਹ ਤੇ ਲਗਾਤਾਰ ਕਰਦੇ ਰਹਿੰਦੇ ਆ, ਹੁਣ ਵੀ ਜਿਹੜੀ ਸਾਡੇ GM ਸਾਹਿਬ ਵੀ ਨਾਲ ਨੇ, ਨਾਲ ਸਾਡੇ RTA ਸਾਹਿਬ ਨਾਲ ਨੇ, ਰੋਜ਼ ਰੋਜ਼ਾਨਾ ਇਹਨਾਂ ਨੂੰ ਕਹਾਂਗੇ ਕਿ ਰੋਜ਼ ਇਹ ਆਪਦੇ ਜਿਹੜਾ ਇਹਨਾਂ ਦਾ ਬੱਸ ਅੱਡੇ ਦੇ ਅੰਡਰ ਆਉਂਦਾ 500 ਮੀਟਰ ਦਾ ਘੇਰਾ ਜਿੱਥੇ GM ਸਾਹਿਬ ਚੈਕਿੰਗ ਕਰ ਸਕਦੇ ਆ ਇਹ ਕਾਰਨ। ਬਾਕੀ RTA ਸਾਹਿਬ ਦਾ ਲੰਮਾ ਦਾਇਰਾ ਵਾ, ਇਹ ਰੋਡ ਦੇ ਉੱਪਰ ਹਾਈਵੇ ਦੇ ਉੱਪਰ ਖੜ੍ਹ ਕੇ ਸਾਰੀਆਂ ਬੱਸਾਂ ਦੀ ਚੈਕਿੰਗ ਕਰਨ। ਜਿਹਨੇ ਕੋਈ ਵੀ ਜੇ ਕਈ ਵਾਰ ਇਹ ਹੁੰਦਾ ਕਈਆਂ ਦੇ ਡਰਾਈਵਰੀ ਲਾਇਸੈਂਸ ਦੀ ਮਿਆਦ ਲੰਘੀ ਹੁੰਦੀ ਆ, ਜੇ ਕਿਸੇ ਦੀ ਮਿਆਦ ਲੰਘੀ ਆ ਉਹਨੂੰ ਵੀ ਜੁਰਮਾਨਾ ਕਰਨ, ਕਿਉਂਕਿ ਲੋਕਾਂ ਦੀ ਜਾਨ ਮਾਲ ਜਿਹੜੀ ਆ ਉਹਨੂੰ ਸੁਰੱਖਿਅਤ ਰੱਖਣਾ ਡਰਾਈਵਰ ਦਾ ਕੰਮ ਆ। ਸਰ ਦੇਖਿਆ ਜਾਵੇ ਤਾਂ ਇੱਕ ਲਿਸਟ ਤੁਹਾਡੇ ਸਾਹਮਣੇ ਆਈ ਸੀ ਜਿਹਦੇ ਵਿੱਚ ਸਾਰੀਆਂ ਸਵਾਰੀਆਂ ਅੰਮ੍ਰਿਤਸਰ ਦੀਆਂ ਸ਼ੋਅ ਕੀਤੀਆਂ ਗਈਆਂ ਸੀ, ਪਰ ਉਹ ਜਲੰਧਰ ਤੋਂ ਬੱਸ ਚੱਲਦੀ ਆ ਉਹਦੇ ਤੇ। ਦੇਖੋ ਜਿਹੜੀ ਉਹਨਾਂ ਵਾਇਲੇਸ਼ਨ ਕੀਤੀ ਆ ਉਹਦੀ ਵੀ ਉਹਨਾਂ ਤੇ ਕਾਰਵਾਈ ਕਰਾਂਗੇ, ਜੁਰਮਾਨਾ ਵੀ ਕੀਤਾ ਉਹਨਾਂ ਨੂੰ, ਤੇ ਗਾਂ ਵੀ ਉਹਨਾਂ ਨੂੰ ਕਰਤੀ ਆ ਨਸੀਹਤ ਵੀ ਜੇ ਅੱਗੇ ਤੋਂ ਤੁਸੀਂ ਗਲਤ ਜਾਣਕਾਰੀ ਦਿੱਤੀ, ਹੁਣ ਬੱਸ ਤੇ ਚੱਲਦੀ ਪਈ ਹੈ ਜਲੰਧਰ ਤੋਂ ਤੇ ਇਹਨਾਂ ਸਾਰੀਆਂ ਸਵਾਰੀਆਂ ਮੇਰੇ ਕੋਲ ਹੀ ਆ ਲਿਸਟ ਅਜੇ ਵੀ, ਸਾਰੀਆਂ ਸਵਾਰੀਆਂ ਜਲੰਧਰ ਤੋਂ ਚੜ੍ਹਨ ਦੀਆਂ, ਨਾਮ ਬਿਲਕੁਲ ਸਹੀ ਆ ਪਰ ਉਹਨਾਂ ਦਾ ਚੜ੍ਹਨ ਦਾ ਲਿਖਿਆ ਉਹ ਲਿਖਿਆ ਅੰਮ੍ਰਿਤਸਰ ਤੋਂ ਚੜੀਆਂ ਇਹ ਸਵਾਰੀਆਂ। ਦੇਖੋ ਕੋਈ ਨਾ ਕੋਈ ਤੇ ਗਲਤ ਹੋਊਗਾ, ਇਹ ਸਾਡੇ ਵੀ ਜਹਿਨ 'ਚ ਨਹੀਂ, ਇਹ ਕਹਿੰਦੇ ਵੀ ਗਲਤੀ ਨਾ ਹੋ ਗਿਆ, ਇਹ ਪਾਈਤੀ ਦੇ ਸਾਨੂੰ ਵੀ ਨਹੀਂ ਗੱਲ ਵੀ ਸਾਰੀਆਂ ਸਵਾਰੀਆਂ ਅੰਮ੍ਰਿਤਸਰ ਦੀਆਂ ਲਿਖੀਆਂ ਚੜ੍ਹਨ, ਸਵਾਰੀਆਂ ਜਲੰਧਰ ਤੋਂ ਰਹੀਆਂ ਤੇ ਲਿਖਿਆ ਜਾ ਰਿਹਾ ਵਾ ਵੀ ਅੰਮ੍ਰਿਤਸਰ ਤੋਂ ਚੜੀਆਂ, ਇਹਦਾ ਵੀ ਇਹਨਾਂ ਨੂੰ ਜਿਹੜੀ ਵਾਇਲੇਸ਼ਨ ਕੀਤੀ ਇਹਦਾ ਜੁਰਮਾਨਾ ਕੀਤਾ, ਤੇ ਗਾਂ ਇਹਨਾਂ ਨੂੰ ਨਸੀਹਤ ਕਰਤੀ ਵੀ ਜੇ ਗਲਤ ਜਾਣਕਾਰੀ ਦਵੋਗੇ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇਗੀ। ਹੁਣ ਅਗਲੀ ਚੈਕਿੰਗ ਜਿਹੜੀ ਉਹ ਕਦੋਂ ਹੋਵੇਗੀ? ਚੈਕਿੰਗ ਤੇ ਰੋਜ਼ ਹੀ ਹੋਵੇਗੀ ਜੀ ਸਾਡੇ GM RTA ਨਾਲ। ਇਹ ਤੇ ਮੈਨੂੰ ਸ਼ਿਕਾਇਤਾਂ ਮਿਲੀਆਂ ਸਨ ਕਿ ਟੈਕਸ ਤੋਂ ਬਿਨਾਂ ਦੂਜੀਆਂ ਸਟੇਟਾਂ ਨੂੰ ਬੱਸਾਂ ਚੱਲਦੀਆਂ, ਤਾਂ ਮੈਂ ਅਚਨਚੇਤ ਇੱਥੇ ਚੈਕਿੰਗ ਕਰਨਾ ਆ, ਤੇ ਬਾਕੀ ਜਿਨ੍ਹਾਂ ਟੈਕਸ ਤਾਰੇ ਆ ਉਹਨਾਂ ਨੂੰ ਕਿਸੇ ਨੂੰ ਕੋਈ ਅਸੀਂ ਤੰਗ ਨਹੀਂ ਕੀਤਾ, ਪਰੇਸ਼ਾਨੀ ਕੀਤਾ। ਜਿਨ੍ਹਾਂ ਨਹੀਂ ਟੈਕਸ ਤਾਰੇ, ਜਿਨ੍ਹਾਂ ਨੇ ਗਲਤ ਤਰੀਕੇ ਨਾਲ ਕੀਤੇ ਆ ਕੰਮ, ਉਹਨਾਂ ਨੂੰ ਜੁਰਮਾਨੇ ਕੀਤੇ। ਦੋ ਚੀਜ਼ਾਂ ਨੇ ਕਿ ਸੁਪਰੀਮ ਕੋਰਟ ਸਭ ਤੋਂ ਉੱਤੇ ਆ ਕਿ ਇਹਦੀ ਮੁੱਖ ਮੰਤਰੀ ਜੀ ਜਿਹੜਾ ਖਾਧੀ ਪੀਤੀ ਜੀ ਡਿਬੇਟ ਕਹੀ ਜਾਂਦਾ ਉਹ ਉੱਤੇ ਡਿਬੇਟ, ਤੁਸੀਂ ਲੋਕਾਂ ਨੂੰ ਕਿੰਨਾ ਕੁ ਮੂਰਖ ਬਣਾ ਸਕਦੇ ਹੋ? ਤੁਸੀਂ ਆਲਰੇਡੀ ਆਪਦਾ ਸਟੈਂਡ ਸੁਪਰੀਮ ਕੋਰਟ ਚ ਸਪਸ਼ਟ ਕਰਤਾ, ਲੋਕੀ ਇਸ ਤਰ੍ਹਾਂ ਮੂਰਖ ਨਹੀਂ ਬਣਾਏ ਜਾਣੇ। ਪਹਿਲਾਂ ਆਪ ਦੀ ਸਥਿਤੀ ਔਰ ਕੇਜਰੀਵਾਲ ਨੇ ਜੋ ਬਿਆਨ ਦਿੱਤੇ ਉਸ ਬਾਰੇ ਆਪ ਦੀ ਸਥਿਤੀ ਸਪਸ਼ਟ ਕਰੋ। ਤੁਸੀਂ ਹਾਊਸ ਦਾ ਸੈਸ਼ਨ ਸੱਦ ਲਿਆ, ਗਵਰਨਰ ਸਾਹਿਬ ਨੇ ਕਹਿ ਦਿੱਤਾ ਇਹ ਹਾਊਸ ਦਾ ਸੈਸ਼ਨ ਇਲੀਗਲ ਹੈ,
ਤੇ ਕੀ ਜਿਹੜਾ ਆਲਰੇਡੀ 3.5 ਲੱਖ 3.5 ਲੱਖ ਕਰੋੜ ਕਰਜ਼ਾ ਪੰਜਾਬ 'ਤੇ ਚੜਿਆ ਹੋਇਆ, ਕੀ ਇਹ ਜਾਇਜ਼ ਹੈ ਕਿ ਕਰੋੜ ਰੁਪਈਆ ਇੱਕ ਦੋ ਦਿਨਾਂ 'ਚ 2 ਕਰੋੜ ਖਰਚ ਹੋ ਜਾਣਾ, 1 ਕਰੋੜ ਇੱਕ ਦਿਨ ਦਾ ਖਰਚ ਹੋਣਾ, 2 ਕਰੋੜ ਤੁਸੀਂ ਖਰਚ ਕਰ ਲੈਣਾ ਤੇ ਸੈਸ਼ਨ ਤੁਹਾਡਾ ਇਲੀਗਲ ਹੋਣਾ? ਕੀ ਮੈਂ ਤਾਂ ਇਹਨੂੰ ਮਿਲੀ ਭੁੱਖ ਸਮਝੂੰਗਾ ਕਿ ਇਹ ਸਾਰਾ ਕੁਛ ਡਰਾਮਾ ਜਾਣ ਬੁੱਝ ਕੇ ਕੀਤਾ ਜਾ ਰਿਹਾ? ਪਤਾ ਹੈ ਸੈਸ਼ਨ ਦਾ ਵੀ ਕੋਈ ਨਿਚੋੜ ਨਹੀਂ ਨਿਕਲਣਾ, ਕਿਉਂਕਿ ਇਹ ਸੈਸ਼ਨ ਇਲੀਗਲ ਹੈ। ਜੋ ਡਿਬੇਟ ਆ ਉਹਦਾ ਵੀ ਕੋਈ ਨਿਚੋੜ ਨਹੀਂ ਨਿਕਲਣਾ। ਲੋਕਾਂ ਨੂੰ ਕੱਲਾ ਪੂਰਕ ਬਣਾ ਕੇ ਅਖੀਰ 'ਚ ਜੋ ਦਿੱਲੀ ਦੀ ਕੇਜਰੀਵਾਲ ਦਾ ਏਜੰਡਾ ਉਹਦੀ ਪੂਰਤੀ ਹੋਊ ਕੱਲੀ, ਕਿਉਂਕਿ ਅਖੀਰ 'ਚ ਤਾਂ ਸੁਪਰੀਮ ਕੋਰਟ 'ਚ ਜੋ ਕਿਹਾ ਗਿਆ ਉਹ ਸਟੈਂਡ ਕਰੂਗਾ। ਤੁਸੀਂ ਇੱਕ ਦਿਨ ਪਹਿਲਾਂ ਆਪਦੇ ਐਡਵੋਕੇਟ ਜਨਰਲ ਦਾ ਅਸਤੀਫਾ ਲੈ ਲਓ ਏਡੀ ਇੰਪੋਰਟੈਂਟ ਤਰੀਕ ਤੋਂ, ਤੇ ਕੀ ਤੁਹਾਡੀ ਸੋਚ ਹੈ, ਕੀ ਤੁਹਾਡਾ ਇਹਦੇ ਪ੍ਰਤੀ ਕਰਨਾ ਚਾਹੁੰਦੇ ਹੋ ਤੋ ਸਪਸ਼ਟੀ। ਔਰ ਕੱਲ੍ਹ ਦੀ ਜੋ ਬਿਆਨਬਾਜ਼ੀ ਹੈ ਕਿ ਜੀ ਮੈਂ ਉਹਦੇ ਲਈ ਪੀਜ਼ਾ ਰੱਖੂੰਗਾ, ਕੋਕ ਰੱਖੂੰਗਾ, ਉਹਦੇ ਲਈ ਕਾਫੀ ਰੱਖੂੰਗਾ, ਉਹਦੇ ਲਈ ਚਾਹ ਰੱਖੂੰਗਾ, ਉਹ ਆਪਣਾ ਮੈਂ ਪੁੱਛਣਾ ਚਾਹੁੰਦਾ ਭਗਵੰਤਾ ਤੈਨੂੰ ਤਾਂ ਇਹ 5-4 ਚੀਜ਼ਾਂ ਤੇਰੇ ਮਤਲਬ ਦੀਆਂ ਨੇ, ਤੂੰ ਕੀ ਖਾ ਪੀ ਕੇ ਆਏਗਾ, ਪਟਿਆਲਾ ਪੈਗ ਲਾ ਕੇ ਆਏਗਾ ਕਿ ਉੱਥੇ ਆਪਦੀ ਬੋਤਲ ਆਪ ਲੈ ਕੇ ਆਏਗਾ? ਇਹੋ ਜਿਹੀਆਂ ਗੱਲਾਂ ਦਾ ਕੋਈ ਮਤਲਬ ਹੈ? ਮਤਲਬ ਜਿਹਦੇ, ਕਿਉਂਕਿ ਇਹਨੂੰ ਤਾਂ ਨਾ ਚਾਹ ਪਸੰਦ ਹੈ, ਨਾ ਕੋਕ ਪਸੰਦ ਹੈ, ਨਾ ਇਹਨੂੰ ਬਲੈਕ ਕੌਫੀ ਪਸੰਦ ਹੈ। ਇਹਦੀ ਮਨਪਸੰਦ ਦੀ ਚੀਜ਼ ਚਲੀ ਗਈ ਤੇ ਡਿਬੇਟ ਦਾ ਆਪੇ ਵੇਖੋ ਮੇਲਾ ਲੁੱਟਿਆ ਗਿਆ। ਜਿਹੋ ਜੀ ਇਹਦੀ ਅੱਗੇ ਸ਼ਰਾਬਾਂ ਦੀ ਜੋ ਇਹਦੀ ਜਰਮਨੀ ਦਾ ਜਹਾਜ਼ ਜਦੋਂ ਚੜ੍ਹਨਾ ਸੀ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ 'ਚ ਜਾ ਸਕਦਾ, ਤਾਂ ਇਹੋ ਜਿਹੇ ਨਾਲ ਕੀ ਤੁਸੀਂ ਮਤਲਬ ਏਡਾ ਨੋਨ ਸੀਰੀਅਸ? ਪੰਜਾਬ ਦਾ ਸਭ ਤੋਂ ਇੰਪੋਰਟੈਂਟ ਮੁੱਦਾ ਐਂਡ ਸੀਐਮ ਦੇ ਪੰਜਾਬ ਸਰਕਾਰ ਵੱਲੋਂ ਜੋ ਪਾਲਿਸੀ ਬਣਾਈ ਗਈ ਹੈ ਕਿ ਜਿਹੜੇ ਸੈਨਿਕ, ਜਿਹੜੇ ਫੌਜੀ ਜਵਾਨ ਡਿਊਟੀ ਦੌਰਾਨ ਦੇਸ਼ ਦੇ ਕਿਸੇ ਵੀ ਕੋਨੇ 'ਚ ਸ਼ਹੀਦ ਹੋਣਗੇ ਤਾਂ ਉਹਨਾਂ ਦੇ ਪਰਿਵਾਰ ਨੂੰ 1 ਕਰੋੜ ਰੁਪਈਆ ਸਨਮਾਨ ਰਾਸ਼ੀ ਦੇ ਤੌਰ 'ਤੇ ਦਿੱਤਾ ਜਾਊਗਾ। ਇਹ ਕੋਈ ਇਸ ਰਾਸ਼ੀ ਨਾਲ ਕੋਈ ਸ਼ਹੀਦ ਦੀ ਜਾਨ ਵਾਪਸ ਨਹੀਂ ਆ ਸਕਦੀ, ਨਾ ਹੀ ਇਹ ਕੋਈ ਕੀਮਤ ਹੈ ਸ਼ਹੀਦ ਦੀ ਜਾਨ ਦੀ, ਪਰ ਇੱਕ ਇਹ ਹੈ ਕਿ ਪਰਿਵਾਰ ਦੀ ਕਬੀਲਦਾਰੀ ਚੱਲਦੀ ਰਹਿੰਦੀ ਹੈ। ਜਿਸ ਤਰ੍ਹਾਂ ਸ਼ਹੀਦ ਅੰਮ੍ਰਿਤਪਾਲ ਸਿੰਘ ਜੀ ਦੇ ਪਿਤਾ ਜੀ ਨੇ ਦੱਸਿਆ ਕਿ ਵੱਡੀ ਕਬੀਲਦਾਰੀ ਹੈ ਉਹਨਾਂ ਦੀ, ਲਗਭਗ ਜੁਆਇੰਟ ਫੈਮਿਲੀ ਹੈ ਉਹਨਾਂ ਦੀ, ਅਤੇ ਭੈਣਾਂ ਦੇ ਵਿਆਹ ਵੀ ਅੱਗੇ ਪਏ ਨੇ। ਸੋ 1 ਕਰੋੜ ਰੁਪਈਏ ਨਾਲ ਅਸੀਂ ਕੋਈ ਉਹਦੀ ਜਾਨ ਵਾਪਸ ਨਹੀਂ ਲਿਆ ਸਕਦੇ, ਪਰ ਇਹ ਹੈ ਕਿ ਥੋੜ੍ਹੀ ਜਿਹੀ ਆਰਥਿਕ ਮਦਦ ਹੋ ਜਾਂਦੀ ਹੈ। ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ। ਜੇ ਅਸੀਂ ਪਰਿਵਾਰਾਂ ਨੂੰ ਸੰਭਾਲ ਲਾਂਗੇ ਤਾਂ ਹੋਰ ਬੱਚੇ ਫੌਜ ਜਾਣ ਬਾਰੇ ਸੋਚਣਗੇ, ਨਹੀਂ ਤਾਂ ਮਾਪੇ ਉਦਾਹਰਣ ਦੇ ਕੇ ਕਿ ਉਹਨਾਂ ਵਾਂਗੂ ਰੁੜ ਜਾਓਗੇ ਜਾਂ ਉਹਨਾਂ ਵਾਂਗੂ ਪਰਿਵਾਰ ਰੁੜ ਜਾਊਗਾ, ਤਾਂ ਫਿਰ ਆਪਣੇ ਬੱਚਿਆਂ ਨੂੰ ਫੌਜ 'ਚ ਭੇਜਣ ਦੀ ਹਿੰਮਤ ਨਹੀਂ ਕਰਦੇ। ਹੁਣ ਆਈ ਗੱਲ ਸ਼ਹੀਦ ਅੰਮ੍ਰਿਤਪਾਲ ਸਿੰਘ ਜੀ ਦੇ ਸ਼ਹੀਦੀ ਦੇ ਉੱਤੇ ਜਿਹੜੇ ਸਵਾਲ ਉਠਾਏ, ਬੜੇ ਦੁੱਖ ਦੀ ਗੱਲ ਹੈ ਕਿ ਇੱਕ ਦੇਸ਼ ਵਾਸਤੇ ਜਾਨ ਚਲੀ ਗਈ, 60% ਬਜਟ ਦੇਸ਼ ਦਾ ਡਿਫੈਂਸ ਵਾਸਤੇ ਜਾਂਦਾ ਹੈ, ਅਤੇ ਉਹਨਾਂ ਕੋਲ ਇੱਕ ਐਂਬੂਲੈਂਸ ਅਤੇ 4 ਸਲੂਟ ਨਹੀਂ ਮਾਰੇ ਗਏ? ਸ਼ਹੀਦੀ 'ਚ ਵੀ ਰੈਂਕ ਬਣਾਤੇ ਇਹਨਾਂ ਨੇ ਕਿ ਆਹ ਇਸ ਰੈਂਕ ਦੀ ਸ਼ਹੀਦੀ ਵੱਡੀ ਹੈ, ਇਸ ਰੈਂਕ ਦੀ ਸ਼ਹੀਦੀ ਛੋਟੀ ਹੈ? ਜਾਨ ਤਾਂ ਜਾਨ ਹੈ। ਜਿਸ ਵੇਲੇ ਅਗਨੀਵੀਰ ਇੰਟਰੋਡਿਊਸ ਕਰ ਰਹੇ ਸੀ, ਅਸੀਂ ਇਹਨਾਂ ਨੂੰ ਕਿਹਾ ਸੀਗਾ ਤੁਸੀਂ ਗਲਤ ਕਰ ਰਹੇ ਹੋ, ਤੁਸੀਂ 4 ਸਾਲ ਵਾਸਤੇ ਰੱਖਣੇ ਨੇ, 6 ਮਹੀਨੇ ਟ੍ਰੇਨਿੰਗ ਹੈ, 3.5 ਸਾਲ ਰੱਖਣੇ ਨੇ, 6 ਮਹੀਨੇ 'ਚ ਤੁਸੀਂ ਫੌਜ ਪੱਧਰ ਦੀ ਟ੍ਰੇਨਿੰਗ ਕਿਵੇਂ ਦੇ ਦੋਗੇ? ਪਟਵਾਰੀਆਂ ਦੀ ਟ੍ਰੇਨਿੰਗ 1.5 ਸਾਲ ਸੀਗੀ, ਹੋਰ ਮਹਿਕਮੇ ਦੀਆਂ ਜਿਹੜੀਆਂ ਨੇ ਸਾਲ ਸਾਲ ਟ੍ਰੇਨਿੰਗ ਚੱਲਦੀ ਰਹਿੰਦੀ ਹੈ, ਫੌਜ ਦੀ ਟ੍ਰੇਨਿੰਗ ਤਾਂ ਉਹ ਤੋਂ ਵੀ ਬਹੁਤ ਜ਼ਿਆਦਾ। 6 ਮਹੀਨੇ ਟ੍ਰੇਨਿੰਗ ਦੇ ਕੇ 3.5 ਸਾਲਾਂ ਬਾਅਦ ਉਹਨੂੰ ਕਹਿਣਗੇ ਜਾ 22-23 ਸਾਲ ਦਾ, ਨਾ ਰਿਟਾਇਰਾਂ 'ਚ, ਨਾ ਮੌਜੂਦਾ 'ਚ, ਨਾ ਕੋਈ ਪੈਨਸ਼ਨ। ਆਹ ਤਾਂ ਹੁਣ ਹੱਦ ਹੀ ਕਰਤੀ ਕਿ ਦੁਨੀਆ ਤੋਂ ਗਏ ਨੂੰ ਸਲੂਟ ਵੀ ਨਹੀਂ ਮਾਰਿਆ। ਸੋ ਇਹ ਅਪਮਾਨ ਹੈ ਸ਼ਹੀਦਾਂ ਦੀ ਸ਼ਹੀਦੀ ਦਾ, ਪਰ ਪੰਜਾਬ ਸਰਕਾਰ ਵੱਲੋਂ ਇਹ ਪੋਲਿਸੀ ਹੈ। ਜੇ ਫਰਜ਼ ਕਰੋ ਸਾਡੇ ਜਵਾਨ ਕਾਰਗਿਲ ਦੀਆਂ ਪਹਾੜੀਆਂ 'ਚ ਗਸ਼ਤ ਕਰਦੇ ਫਿਰਦੇ ਨੇ, ਬਰਫ਼ ਦੀਆਂ ਟਿਗਾਂ ਡਿੱਗ ਪਈਆਂ, 10 ਉਹਦੇ ਵਿੱਚ ਜਵਾਨ ਸੀ ਚਲੋ ਦੱਬ ਗਏ, 7 ਜਿਹੜੇ ਨੇ ਉਹ ਜਾਨ ਗੁਆ ਬੈਠੇ, ਬਾਕੀ 3 ਬਚ ਗਏ,
ਉਹ ਸੱਤ ਨੂੰ ਵੀ ਅਸੀਂ ਸ਼ਹੀਦ ਨਿਕਲੀ ਥੋੜ੍ਹੀ ਗਏ ਸੀ, ਉਹਨਾਂ ਦੀ ਡਿਊਟੀ ਲੱਗੀ ਹੋਈ ਸੀ ਦੇਸ਼ ਵਾਸਤੇ ਉਹ ਬਰਫ਼ ਦੇ ਉੱਤੇ -20 ਡਿਗਰੀ ਟੈਂਪਰੇਚਰ 'ਚ -30 ਡਿਗਰੀ ਟੈਂਪਰੇਚਰ ਦੇ ਵਿੱਚ ਉਹ ਗਸ਼ਤ ਕਰ ਰਹੀ ਸੀ। ਸੋ ਇਹ ਫੌਜ ਨੂੰ ਵੀ ਇਹਦੇ ਬਾਰੇ ਸੋਚਣਾ ਚਾਹੀਦਾ। ਅਗਨੀਵੀਰ ਜਿਹੜੀ ਇਹਨਾਂ ਨੇ ਨੀਤੀ ਅਪਣਾਈ ਹੈ ਇਹ ਗਲਤ ਹੈ। ਪਰਿਵਾਰ ਜਿਹੜਾ ਉਹ ਬਹੁਤ ਗੁੱਸੇ 'ਚ ਹੈ, ਆਹਤ ਹੈ, ਉਹਨਾਂ ਦੇ ਦਿਲ 'ਚ ਗੁੱਸਾ ਹੈ ਕਿ ਸਾਡੇ ਬੱਚੇ ਨੂੰ ਆਰਮੀ ਨੇ ਮਾਨ ਸਨਮਾਨ ਵੀ ਨਹੀਂ ਦਿੱਤਾ ਜਿਹੜਾ ਸ਼ਹੀਦੀ 'ਤੇ ਦਿੱਤਾ ਜਾਂਦਾ ਹੈ। ਉਹਨਾਂ ਦੇ ਪਿਤਾ ਜੀ ਨੇ ਕਿਹਾ ਮੈਨੂੰ ਤਾਂ ਪਤਾ ਵੀ ਨਹੀਂ ਇਹ ਅਗਨੀਵੀਰ ਕੀ ਹੁੰਦੀ ਹੈ, ਮੈਂ ਤਾਂ ਫੌਜ 'ਚ ਭਰਤੀ ਕੀਤਾ ਸੀ, ਮੇਰੇ ਵੱਲੋਂ ਤਾਂ ਫੌਜ 'ਚ ਗਿਆ ਅਤੇ ਫੌਜ ਨੇ ਉਹੀ ਵਰਦੀ ਦਿੱਤੀ ਹੈ, ਉਹੀ ਹਥਿਆਰ ਦਿੱਤੇ ਨੇ ਅਤੇ ਸ਼ਹੀਦੀਆਂ ਦੇ ਵਿੱਚ ਫਰਕ ਪਾ ਲਿਆ। ਇਹ ਜਿਹੜੇ ਨੀਤੀ ਘਾੜੇ ਉੱਥੇ ਬੈਠੇ ਨੇ ਇਹਨਾਂ ਨੂੰ ਕੀ ਪਤਾ ਸ਼ਹੀਦੀਆਂ ਦਾ, ਕੋਈ ਇਹਨਾਂ ਦੇ ਆਪਣੇ ਗਏ ਹੋਣ ਕਿਤੇ ਫੌਜ 'ਚ ਤਾਂ ਪਤਾ ਲੱਗੇ। ਬਹੁਤ ਦੁੱਖ ਦੀ ਗੱਲ ਹੈ। ਮੈਂ ਡਿਫੈਂਸ ਮਿਨਿਸਟਰੀ ਕੋਲ, ਮੈਂ ਹੋਮ ਮਿਨਿਸਟਰੀ ਕੋਲ ਗੱਲ ਉਠਾਊਂਗਾ, ਆਪ ਵੀ ਜਾਊਂਗਾ, ਕਿਉਂਕਿ ਇਹ ਅਗਨੀਵੀਰ ਦੀ ਪਹਿਲੀ ਕੈਜੁਅਲਟੀ ਹੈ, ਜੋ ਦੀ ਅਗਨੀਵੀਰ ਸ਼ੁਰੂ ਕੀਤੀ ਹੈ ਪਹਿਲੀ ਮੌਤ ਹੈ। ਹੁਣ ਪਤਾ ਲੱਗਿਆ ਕਿ ਇਹ ਸਮਝਦੇ ਕੀ ਨੇ ਸਾਡੀਆਂ ਜਾਨਾਂ ਨੂੰ। ਕੱਚੇ ਅਧਿਆਪਕ ਸੁਣੇ ਸੀ, ਠੇਕੇ 'ਤੇ ਮੁਲਾਜ਼ਮ ਸੁਣੇ ਸੀ, ਕੱਚੇ ਫੌਜੀ, ਠੇਕੇ 'ਤੇ ਫੌਜੀ। ਜਦੋਂ ਅਸੀਂ ਪੂਰੀ ਸਰਵਿਸ ਕਰਨ ਦੇਣ ਨੂੰ ਆਪਣੇ ਪੁੱਤ ਦੇਣ ਨੂੰ ਤਿਆਰ ਹਾਂ, ਤੁਸੀਂ ਕਿਉਂ ਕਹਿੰਦੇ ਹੋ ਵੀ 4 ਸਾਲਾਂ ਬਾਅਦ ਵਿਹਲੇ ਕਰਾਂਗੇ ਤੁਹਾਨੂੰ? ਡਿਫੈਂਸ ਕੋਲ 60% ਬਜਟ ਹੈ ਅਤੇ ਦੇਸ਼ ਦੀਆਂ ਹੱਦਾਂ ਦੀ ਰਾਖੀ ਵਾਸਤੇ ਵੀ ਸਮਝੌਤੇ ਕਰਨ ਲੱਗ ਗਏ। ਸੋ ਇਹ ਪੰਜਾਬ ਸਰਕਾਰ ਵੱਲੋਂ ਅਸੀਂ ਉਹਨੂੰ ਸ਼ਹੀਦੀ ਦਾ ਦਰਜਾ ਦੇਵਾਂਗੇ, ਉਹਨਾਂ ਦੇ ਨਾਂ 'ਤੇ ਸਟੇਡੀਅਮ ਬਣਾਇਆ ਜਾਊਗਾ, ਪੰਚਾਇਤ ਵੱਲੋਂ ਮੰਗ ਹੈ, ਪਰਿਵਾਰ ਵੱਲੋਂ ਮੰਗ ਹੈ, ਬੁੱਤ ਵੀ ਲਾਇਆ ਜਾਊਗਾ ਪਰਿਵਾਰ ਦੇ ਵਿੱਚ, ਜਿੱਥੇ ਕਹਿਣਗੇ ਨੌਕਰੀ ਵੀ ਦਿੱਤੀ ਜਾਊਗੀ ਸਰਕਾਰ ਵੱਲੋਂ।